जदों रब ने चाहिया होवे तां कौन प्यार करन वालियां नूं अलग कर सकदा है। इहो जिहा ही प्यार करन वाला जोड़ा है जसजीत अते शरणजीत कौर दा। प्यार होया रेडियो दे राहीं ते इक दूजे नूं ना कदे मिले अते ना कदे वेख्या, सिर्फ एक दूजे नूं प्यार कीता दोवां ने आवाज़ दे राहीं। जलंधर दे पिंड तलण दी शरणजीत कौर ते फगवाड़ा दे पिंड जगतपुर जट्टां दे जसजीत सिंह दे प्यार दी कहानी ते पेश है एक खास रिपोर्ट। ਪਹਿਚਾਣ ਲਈ ਮੈਂ ਤੈਨੂੰ ਪਤਾ ਮੈਂ ਪਿਛਲੇ 8 ਸਾਲ ਤੋਂ ਤੈਨੂੰ ਪੁੱਛਦਾ ਪਿਆ ਗੱਲ ਕਰਨ ਲਈ।
ਇਹਨਾਂ ਦੇ ਨਵੇਂ ਸੀਗੇ ਜਦੋਂ ਰੇਡੀਓ ਤੇ ਤੁਸੀਂ ਆਪਣੀਆਂ ਫਰਮਾਇਸ਼ਾਂ ਦਿੰਦੇ ਸੀਗੇ, ਗਾਣੇ ਫਰਮਾਇਸ਼ ਦੇ ਚੱਲਦੇ ਸੀਗੇ, ਬਹੁਤ ਸੋਹਣਾ ਜਿਹੜਾ ਗੀਤ ਸੀਗਾ ਜਿਹੜਾ ਅੱਜ ਵੀ ਗੁਣਗੁਣਾਉਂਦੇ ਹੋਵੋ। ਸਰ ਮੈਨੂੰ ਇਹਨਾਂ ਬਾਰੇ ਪਤਾ ਹੀ ਨਹੀਂ, ਕੁਛ ਨਹੀਂ ਪਤਾ ਹੈਗਾ ਕੀ ਇਹ ਫਰਮਾਇਸ਼ ਕਰਦੇ ਹੁੰਦੇ, ਕਿਉਂਕਿ ਲਿਸਨਰ ਬਹੁਤ ਹੁੰਦੇ, ਪਰ ਇਹਨਾਂ ਨੇ ਸਿਰਫ ਮੇਰੀ ਆਵਾਜ਼ ਮਾਈਕ ਰੱਖੀ ਸੀਗੀ। ਸਰ ਕੁਛ ਟਾਈਮ ਸੀਗਾ ਇਹਨਾਂ ਨੇ ਜਦੋਂ ਇਹਨਾਂ ਨੇ ਸਰਜਰੀ ਕਰਾਈਆਂ ਸੀ ਨਾ, ਤੇ ਇਹ ਮੁੜਕੇ ਰੇਡੀਓ ਤੇ ਕਾਲ ਨਹੀਂ ਲਾਉਂਦੇ ਸੀਗੇ। ਮੈਨੂੰ ਐਂ ਸੀਗਾ ਮੈਂ ਕਿਹਾ ਵੀ ਰੇਡੀਓ ਤੇ ਕਾਲ ਨਹੀਂ ਲੱਗਦੀ, ਕਿਉਂਕਿ ਇਹ ਤਾਂ ਮੈਨੂੰ ਜਾਣਦੇ ਨਹੀਂ ਸੀ, ਮੈਂ ਹੀ ਜਾਣਦਾ ਸੀ ਇਹਨਾਂ ਨੂੰ। ਮੈਂ ਕਿਹਾ ਵੀ ਇਹਨਾਂ ਦੀ ਰੇਡੀਓ ਤੇ ਕਾਲ ਨਹੀਂ ਲੱਗਦੀ, ਮੈਂ ਕਿਹਾ ਲੱਗਦਾ ਕਿਤੇ ਬਾਹਰ ਬੋਰ ਚਲੇ ਗਿਆ। ਤੇ ਉਦੋਂ ਮੈਂ ਇੱਕ ਛੋਟਾ ਜਿਹਾ ਗਾਣਾ ਲਿਖਿਆ ਸੀਗਾ, ਤੇ ਉਹ ਮੈਂ ਆਪ ਹੀ ਲਿਖਿਆ ਸੀਗਾ ਤੇ ਗਾਣਾ ਹੁੰਦਾ ਸੀਗਾ। ਹਾਂਜੀ, ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਸ਼ੇਰ ਦੇ ਮਿਲੇ ਪਿਆਰ ਮਾਰ ਦਿਲ ਤੈਨੂੰ, ਸ਼ੇਰ ਦੇ ਮਿਲੇ ਪਿਆਰ ਮਾਰ ਦਿਲ ਤੈਨੂੰ, ਤੂੰ ਛੱਡ ਤੇਰੀ ਆਸ ਕਰ ਕਾਣ ਤੇਰੀ, ਹਰੇ ਸਰਪੰਚ ਵਾਂਗ ਬਹਿ ਗਏ ਹੱਥ ਤੇ ਤੇਰੀ, ਤੂੰ ਗਿੱਦੜੇ ਦੀ ਸੋਹਣੀ ਜੇ ਪਾਣ ਤੇਰੀ, ਖੁਸ਼ੀ ਦੇ ਦਿਨਾਂ ਦੇ ਵਿੱਚ ਤੁਸੀਂ ਸਾਡੇ ਨਾਲ, ਜਨਾਂ ਵਿੱਚ ਜਾਣ ਤੇਰੇ ਸਾਈ, ਅੱਖਾਂ ਭਰੀ ਲੱਗੀ ਉੱਤੇ ਬਹਿ ਗਈ ਅਸੀਂ ਪਰ, ਜਾਣ ਲੱਗੀ ਨੂੰ ਮੈਂ ਕਿੱਥੇ ਬਹਿ ਬਾਈ, ਰਾਹ ਤੇਰੇ ਵਾਲਾ ਜਾਣ ਲਈ ਅਜੱਗਾ ਤੂੰ ਗਰੀਬ, ਰਾਹ ਤੇਰੇ ਵਾਲਾ ਜਾਣ ਲਈ ਅਜੱਗਾ ਤੂੰ ਗਰੀਬ, ਲੀਕ ਕਰਕੇ ਅਮੀਰੀਆਂ ਦਾ ਮਾਣ ਤੇਰੀ, ਹਰੇ ਸਰਪੰਚ ਵਾਂਗ ਬਹਿ ਗਏ ਹੱਥ ਤੇ ਗਲੀ, ਤੂੰ ਜਿੱਦਣ ਦੀ ਸੋਹਣੀ ਜਟਾਂ ਤੇਰੀ। ਸਿਰਫ ਗੱਲਬਾਤ ਹੀ ਕਰਦੇ ਹੁੰਦੇ, ਮਤਲਬ ਪੜ੍ਹਦੇ ਪੰਗੇ ਪਏ ਸੀ, ਤੇ ਬਾਕੀ ਜਦੋਂ ਸਾਡਾ ਰੋਕਾ ਹੋ ਗਿਆ ਸੀ ਨਾ, ਉਹਨਾਂ ਦੇ ਤਾਂ ਮੰਮੀ ਹੈ ਨੀ ਸੀਗੇ, ਤੁਸੀਂ ਦੋਨੋਂ ਬੁਲਾਉਂਦੇ ਹੋਗੇ ਵੀ ਤੁਹਾਨੂੰ ਮੁੜ ਕੇ ਸਾਂਭੇਗਾ ਕੌਣ, ਨਾ ਤੁਹਾਨੂੰ ਦੇਖਦਾ ਨਾ ਲੜਕੀ ਨੂੰ ਦੇਖਦਾ, ਇਹ ਤੁਹਾਡੇ ਵਾਸਤੇ ਬਹੁਤ ਔਖਾ ਹੋ ਜਾਣਾ। ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ, ਮੈਂ ਕਿਹਾ ਵੀ ਜੇ ਮੈਂ ਮੈਰਿਜ ਕਰਾਉਣੀ ਹੈ ਤੇ ਬਲੈਂਡ ਨਾਲ ਹੀ ਕਰਾਉਣੀ ਹੈ, ਤੇ ਉਹ ਕਹਿੰਦੇ ਸੀ ਤੁਹਾਡੇ ਵਾਸਤੇ ਨਾਰਮਲ ਦੇਖਾਂਗੇ ਕੋਈ, ਤੇ ਮੈਂ ਕਿਹਾ ਵੀ ਮੈਂ ਨਾਰਮਲ ਨਾਲ ਮੈਰਿਜ ਨਹੀਂ ਕਰਾਉਣੀ, ਮੈਂ ਬਲੈਂਡ ਨਾਲ ਹੀ ਕਰਾਉਣੀ ਹੈ, ਕਿਉਂਕਿ ਇੱਕ ਬਲੈਂਡ ਲੜਕੀ ਦੀ ਤੇ ਨਾਰਮਲ ਲੜਕੀ ਨੂੰ ਨਹੀਂ ਮਿਲਦੀ ਹੈਗੀ, ਤੇ ਇੱਕ ਬਲੈਂਡ ਬਲੈਂਡ ਦਾ ਦੁੱਖ ਸਮਝਦਾ। ਅਕਸਰ ਕੁਛ ਨਾ ਕੁਛ ਤਾਂ ਹੈਗਾ, ਫਿਰ ਉਹਨਾਂ ਨੂੰ ਦੱਸਣਾ ਪੈਂਦਾ ਸਰ।
ਕਦੀ ਇਹਨਾਂ ਦੇ ਪੇਕਿਆਂ ਵੱਲੋਂ ਕੋਈ ਡਿਮਾਂਡ ਜਾਂ ਕੁਛ ਜਾਂ ਕੁਛ ਬਦਾਂਦਾ ਹੈ ਪੇਕਿਆਂ ਵੱਲੋਂ ਕੁਝ ਕਿਹਾ ਜਾਂਦਾ ਹੈ ਜ਼ਿਆਦਾ ਹਰੇਕ ਵੀਡੀਓ ਚੇਲੇ ਜਾਂਦੇ ਆ ਜੇ ਇਹਨਾਂ ਦੀ ਅੱਖ ਪੈ ਕੇ ਨਿਗਾਹ ਆ ਸਕਦੀ ਆ ਰੇਡੀਓ ਦੇ ਰਾਹੀਂ ਉਹਨਾਂ ਨੂੰ ਇੱਕ ਆਵਾਜ਼ ਸੁਣੀ ਅਤੇ ਉਸ ਆਵਾਜ਼ ਨਾਲ ਪਿਆਰ ਹੋ ਗਿਆ। ਉਹ ਆਵਾਜ਼ ਸੀ ਸ਼ਰਨਜੀਤ ਕੌਰ ਦੀ, ਜੋ ਇਸ ਸਮੇਂ ਉਹਨਾਂ ਦੀ ਧਰਮ ਪਤਨੀ ਬਣ ਚੁੱਕੀ ਹੈ। ਵਿਆਹ ਤੋਂ ਪਹਿਲਾਂ ਕਈ ਅੜਚਨਾਂ ਵੀ ਆਈਆਂ, ਜਿਸ ਬਾਰੇ ਜਸਜੀਤ ਤੇ ਸ਼ਰਨ ਨੇ ਗੱਲ ਸਾਂਝੀ ਕੀਤੀ ਹੈ। 2 ਸਾਲ ਪਹਿਲਾਂ ਇੱਕ ਦੂਜੇ ਦੇ ਨਾਲ ਵਿਆਹੇ ਗਏ ਤੇ ਪਿਆਰ ਇੰਨਾ ਕੁ ਕਿ ਇੱਕ ਪਲ ਵੀ ਇੱਕ ਦੂਜੇ ਤੋਂ ਅਲੱਗ ਨਹੀਂ ਰਹਿ ਸਕੇ। ਸ਼ਰਨਜੀਤ ਨੂੰ ਇੱਕ ਉਮੀਦ ਹੈ ਕਿ ਜੇ ਕੋਈ ਅੱਖਾਂ ਡੋਨੇਟ ਕਰ ਦੇਵੇ ਤਾਂ ਉਹ ਦੁਬਾਰਾ ਇਸ ਜਹਾਨ ਨੂੰ ਦੇਖ ਸਕਦੀ ਹੈ।